ਨਾ ਗੁਰਦੇਵ ਜੀ ਮੈਂ ਬੱਗ ਚਾਰਦਾ ਰਿਹਾ ਬੱਕਰੀਆਂ ਹਲ ਵੀ ਵਾਹਿਆ ਅਤੇ ਜਵਾਕ ਜਾਂਦਾ ਵੀ ਸੀਗਾ ਘਰ ਵਾਲੀ ਮਰ ਗਈ ਮੁੰਡਾ ਵਿਆਹਿਆ ਸੀ ਉਹ ਵਿਚਾਰੀ ਜਵਾਕਾਂ ਨੂੰ ਲੈ ਕੇ ਵਗ ਗਈ ਅਤੇ ਪਿਓ ਪੁੱਤ ਦੋਨੇ ਆ ਸੀ ਅਤੇ ਹੋਰ ਬਸ ਆਹ ਵੀ ਸਰਕਾਰ ਨੇ ਲਵਾਈ ਹੈ ਲੇਟਲੀ ਹੋਰ ਕੋਈ ਆਪਣੇ ਪਸ਼ੂ ਨਹੀਂ ਢਾਂਡਾ ਨਹੀਂ ਕੋਈ ਰੋਟੀ ਵਗੈਰਾ ਕਿੱਥੋਂ ਆਉਂਦੀ ਹੈ ਰੋਟੀ ਜੀ ਗੁਰਦੁਆਰਿਓ ਕਦੇ ਕਿਤੋਂ ਕਦੇ ਕਦੇ ਜੱਗੀ ਦਿਹਾੜੀ 'ਤੇ ਜਾਂਦਾ ਉਹ ਵੀ ਦਿੰਦੇ ਰੋਟੀ ਉਹ ਵੀ ਦਿੰਦੇ ਐਂ ਵੀ ਪਕਾਉਣ ਵਾਲਾ ਕੋਈ ਹੈ ਨਹੀਂ ਉਹਨਾਂ ਦਾ ਨੇਤਾ ਹੋ ਜਾਂਦਾ ਫਿਰ ਇਹ ਦੇ ਦਿੰਦੇ ਕਮਰਾ ਕਿਵੇਂ ਹੈ ਤੁਹਾਡਾ ਕਮਰਾ ਜੀ 9 ਫੁੱਟ ਦਾ ਹੈਗਾ ਸੜਕਲੇ 'ਤੇ ਅਤੇ 11 ਫੁੱਟ ਹੈਗਾ ਟਾਈਲਾਂਟਾਂ 'ਤੇ ਕਿਵੇਂ ਆ ਡਿੱਗਦਾ ਹੈ ਕਿ ਹਜੇ ਖੜੂਗਾ ਨਾ ਜੀ ਡਿੱਗਣ ਡਿੱਗਣ ਵਾਲਾ ਹੀ ਹੈ ਬਹੁਤ ਚੜਦਾ ਪਿਆ ਵੇ ਹੋ ਗਏ 35 ਸਾਲ ਦਾ ਗਿਆ ਪੈਨਸ਼ਨ ਮਿਲਦੀ ਤੁਹਾਨੂੰ ਪੈਨਸ਼ਨ ਮਿਲਦੀ ਆ 750 ਰੁਪਇਆ ਹੋਰ ਕੋਈ ਨਲੱਗਾ 'ਚ ਨਹੀਂ ਜਾਈਦਾ ਕਾਸੇ 'ਚ ਨਹੀਂ ਜਾਈਦਾ ਕਿਉਂ ਜਦੋਂ ਫਿਰ ਆਪਦਾ ਸਰੀਰ ਹੀ ਨਹੀਂ ਸੰਭਾਲਦਾ ਪਹਿਲਾਂ ਕਿੰਨਾ ਕੰਮ ਕਰਦੇ ਹੁੰਦੇ ਖੇਤੀ ਖੁਤੀ ਕਰਦੇ ਰਹੇ ਹੋ ਨਾ ਜੀ ਖੇਤੀ ਨਹੀਂ ਸੀਰ ਰੱਖਦੇ ਹੁੰਦੇ ਸੀ ਖੇਤੀ ਕੋਈ ਹੋ ਗਈ ਉਹ ਕਿਸੇ ਦੀ ਹੋ ਗਈ ਹਾਂ ਕਿਸੇ ਦੀ ਅਤੇ ਕਰਦੇ ਰਹੇ ਉਦੋਂ ਤਾਂ ਫਿਰ ਵਧੀਆ ਸੀ ਕੰਮ ਵਧੀਆ ਸੀ ਜਦੋਂ ਕੰਮ ਕਰਦੇ ਸੀ ਵਧੀਆ ਸੀ ਜਦੋਂ ਫੇਟੀਆਂ ਪੈਣ ਲੱਗ ਗਈਆਂ ਉਦੋਂ ਬਸ ਬੇਰਾ ਤੁਹਾਨੂੰ ਪਤਾ ਹੀ ਹੈ ਫੇਟੀ ਮਾਰਦੀ ਹੈ ਬੰਦੇ ਨੂੰ ਨਿਗਾਹ ਠੀਕ ਹੈ ਤੁਹਾਡੀ ਨਿਗਾਹ ਹੈ ਨਹੀਂ ਜੀ ਆਹ ਅੱਖ ਦੀ ਨਿਗਾਹ ਮਾੜੀ ਜੀ ਅਤੇ ਇਹਦੀ ਤਾਂ ਜਮਾਂ ਹੈ ਨਹੀਂ ਬਣ ਜਾਊ ਡਾਕਟਰ ਕਹਿੰਦਾ ਬਣਦੀ ਨਹੀਂ ਇਹਦਾ ਆਪਰੇਸ਼ਨ ਹੋਇਆ ਵਾ ਜੀ ਅਤੇ ਜੇ ਹੁਣ ਕੋਈ ਐਂ ਕਹੇ ਵੀ ਆਪਾਂ ਕਮਰੇ ਦੀ ਛੱਤ ਛੁੱਤ ਪਾ ਦਿੰਦੇ ਹਾਂ ਕੋਈ 4 ਪੈਸੇ ਤੁਹਾਡੇ ਕੋਲ ਹੈਗੇ 4 ਪੈਸਿਆਂ ਦੀ ਆਪਾਂ ਮਦਦ ਲੈ ਲਈਏ ਕੋਈ ਨਹੀਂ ਫਿਰ ਅਜੇ ਲਾਵਾਂਗੇ ਆਪਦੇ ਕੋਲ ਹੈਗੇ ਥੋੜ੍ਹੇ ਬਹੁਤ ਨਾ ਬਹੁਤ ਨਹੀਂ ਮੈਂ ਕਿਸੇ ਲਿਆਵਾਂਗੇ ਦਾੜੇ ਸੁਧਾਰੇ